ਟੁਆਟਾ ਦੀ ਫੋਰਚੂਨਰ ਦੇ ਵਿੱਚ ਅਜਿਹਾ ਕੀ ਹੈ ਕਿ ਆਮ ਲੋਕਾਂ ਤੋਂ ਲੈ ਕੇ ਵੱਡੇ ਵੱਡੇ ਸੈਲੀਬ੍ਰਿਟੀ ਅਤੇ ਨੇਤਾ ਵੀ ਇਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਕਿਵੇਂ ਇਸ ਫੋਰਚੂਨਰ ਕਾਰ ਤੋਂ ਇੰਡੀਆ ਦੀ ਸਰਕਾਰ ਆਪਣੀਆਂ ਜੇਬਾਂ ਭਰ ਰਹੀ ਹੈ, ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਮੈਂ ਅੱਜ ਦੀ ਇਸ ਵੀਡੀਓ ਦੇ ਵਿੱਚ ਦਊਂਗਾ, ਸੋ ਜੁੜੇ ਰਹਿਣਾ ਮੇਰੇ ਨਾਲ ਆਖਰ ਤੱਕ। ਸਾਲ 2009 ਜਦੋਂ ਪਹਿਲੀ ਵਾਰ ਟੁਆਟਾ ਕੰਪਨੀ ਨੇ ਫੋਰਚੂਨਰ ਕਾਰ ਨੂੰ ਇੰਡੀਆ ਦੇ ਵਿੱਚ ਲਾਂਚ ਕੀਤਾ ਸੀ ਤਾਂ ਉਸ ਸਮੇਂ ਇਸ ਦੀ ਕੀਮਤ 20 ਲੱਖ ਸੀ, ਜਿਹੜੀ ਕਿ ਅੱਜ ਵੱਧ ਕੇ 50 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ, ਜਾਣੀ ਕਿ 14 ਸਾਲਾਂ ਦੇ ਵਿੱਚ ਹੀ ਇਸ ਦੀ ਕੀਮਤ ਦੇ ਵਿੱਚ 2.5 ਗੁਣਾ ਵਾਧਾ ਹੋਇਆ ਹੈ। ਜਦਕਿ ਮਹਿੰਦਰਾ ਦੀ ਸਕੋਰਪੀਓ, ਜਿਹੜੀ ਇੰਡੀਆ ਦੀਆਂ ਮੋਸਟ ਪਾਪੂਲਰ ਕਾਰਾਂ ਦੇ ਵਿੱਚੋਂ ਇੱਕ ਕਾਰ ਹੈ, ਉਸ ਦੀ ਕੀਮਤ ਆਪਣੀ ਸ਼ੁਰੂਆਤੀ ਕੀਮਤ ਦੇ ਨਾਲੋਂ ਹੁਣ ਤੱਕ ਡਬਲ ਵੀ ਨਹੀਂ ਹੋਈ। ਇੰਨਾ ਜ਼ਿਆਦਾ ਤਾਂ 2009 ਤੋਂ ਇੰਡੀਆ ਦੇ ਵਿੱਚ ਪੈਟਰੋਲ ਨਹੀਂ ਵਧਿਆ, ਜਿੰਨਾ ਜ਼ਿਆਦਾ 14 ਸਾਲਾਂ ਦੇ ਵਿੱਚ ਫੋਰਚੂਨਰ ਦਾ ਰੇਟ ਵੱਧ ਗਿਆ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਜਿੱਥੇ ਇੰਡੀਆ ਵਰਗੇ ਦੇਸ਼ ਦੇ ਵਿੱਚ ਹਰ ਕੋਈ ਵਧੀਆ ਐਵਰੇਜ ਵਾਲੀ ਗੱਡੀ ਨੂੰ ਲੈਣਾ ਪਸੰਦ ਕਰਦਾ ਹੈ, ਉੱਥੇ ਕਿਉਂ ਫੋਰਚੂਨਰ ਹਰ ਇੱਕ ਇੰਡੀਅਨ ਦੀ ਪਹਿਲੀ ਪਸੰਦ ਬਣ ਗਈ ਹੈ? ਕਿਉਂ ਹਰ ਇੱਕ ਇੰਡੀਅਨ ਦਾ ਹੁਣ ਇਹ ਸੁਪਨਾ ਬਣ ਚੁੱਕਿਆ ਹੈ ਕਿ ਉਸਨੇ ਇੱਕ ਨਾ ਇੱਕ ਦਿਨ ਫੋਰਚੂਨਰ ਲੈਣੀ ਹੀ ਹੈ? ਜਦਕਿ ਫੋਰਚੂਨਰ ਦੇ ਵਿੱਚ ਨਾ ਤਾਂ ਬਹੁਤ ਜ਼ਿਆਦਾ ਐਕਸਟਰਾ ਐਡਵਾਂਸ ਫੀਚਰ ਨੇ ਅਤੇ ਐਕਸਪਰਟ ਵੀ ਇਸ ਨੂੰ ਓਵਰ ਪ੍ਰਾਈਸ ਕਾਰ ਦੱਸਦੇ ਨੇ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਦੇ ਲਈ ਸਾਨੂੰ ਟੁਆਟਾ ਦੀ ਹਿਸਟਰੀ ਨੂੰ ਜਾਣਨਾ ਪਵੇਗਾ। ਫੋਰਚੂਨਰ ਕਾਰ ਨੂੰ ਵੀ ਟੁਆਟਾ ਕੰਪਨੀ ਬਣਾਉਂਦੀ ਹੈ, ਜਿਹੜੀ ਕਿ ਇੱਕ ਜਾਪਾਨੀ ਕੰਪਨੀ ਹੈ। ਫੋਰਚੂਨਰ ਕਾਰ ਨੂੰ ਸਭ ਤੋਂ ਪਹਿਲਾਂ ਟੁਆਟਾ ਕੰਪਨੀ ਨੇ 2004 ਦੇ ਵਿੱਚ ਥਾਈਲੈਂਡ ਦੇ ਵਿੱਚ ਲਾਂਚ ਕੀਤਾ ਸੀ। ਫੋਰਚੂਨਰ ਨੂੰ ਸਭ ਤੋਂ ਪਹਿਲਾਂ ਮਲੇਸ਼ੀਆ, ਇੰਡੋਨੇਸ਼ੀਆ, ਥਾਈਲੈਂਡ ਅਤੇ ਕੋਲੰਬੀਆ ਦੇ ਵਿੱਚ ਲਾਂਚ ਕੀਤਾ ਗਿਆ ਸੀ, ਪਰ ਫੋਰਚੂਨਰ ਦੀ ਕਿਸਮਤ ਉਦੋਂ ਬਦਲੀ ਜਦੋਂ ਉਸ ਨੂੰ ਅਗਸਤ 2009 ਦੇ ਵਿੱਚ ਇੰਡੀਆ ਦੇ ਵਿੱਚ ਲਾਂਚ ਕੀਤਾ ਗਿਆ। ਉਸ ਸਮੇਂ ਇੰਡੀਅਨ ਮਾਰਕੀਟ ਦੇ ਵਿੱਚ ਵੱਡੀਆਂ SUV ਕਾਰਾਂ ਦੀ ਮੰਗ ਕਾਫੀ ਜ਼ਿਆਦਾ ਘੱਟ ਸੀ, ਇਸ ਲਈ ਉਸ ਸਮੇਂ ਟੁਆਟਾ ਨੇ ਹਰ ਮਹੀਨੇ ਸਿਰਫ 500 ਕਾਰਾਂ ਦੀ ਪ੍ਰੋਡਕਸ਼ਨ ਦਾ ਹੀ ਟਾਰਗੇਟ ਬਣਾਇਆ, ਪਰ ਇੱਥੇ ਬਿਲਕੁਲ ਟੁਆਟਾ ਕੰਪਨੀ ਦੀ ਸੋਚ ਤੋਂ ਉਲਟ ਪਹਿਲੇ 6 ਮਹੀਨਿਆਂ ਦੇ ਵਿੱਚ ਹੀ ਟੁਆਟਾ ਕੰਪਨੀ ਦੀਆਂ 3800 ਫੋਰਚੂਨਰ ਵਿਕ ਗਈਆਂ ਤੇ ਟੁਆਟਾ ਨੇ ਆਪਣੀ ਫੋਰਚੂਨਰ ਦੇ ਦਮ ਤੇ ਹੀ ਪਹਿਲੇ 6 ਮਹੀਨਿਆਂ ਦੇ ਵਿੱਚ ਇੰਡੀਆ ਦੀ ਲਾਰਜ SUV ਦੀ ਮਾਰਕੀਟ ਦੇ 65% ਹਿੱਸੇ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ। ਜੇਕਰ ਅੱਜ ਦੀ ਗੱਲ ਕਰੀਏ ਤਾਂ ਟੁਆਟਾ ਫੋਰਚੂਨਰ ਦਾ ਮਾਰਕੀਟ ਸ਼ੇਅਰ ਹੁਣ ਦੇ ਸਮੇਂ 85% ਤੋਂ ਵੀ ਜ਼ਿਆਦਾ ਹੈ ਇੰਡੀਅਨ ਮਾਰਕੀਟ ਦੇ ਵਿੱਚ, ਤੇ ਫੋਰਚੂਨਰ ਦੇ ਨੇੜੇ ਤੇੜੇ ਕੋਈ ਦੂਜੀ ਕਾਰ ਵੀ ਨਹੀਂ ਹੈ। ਫੋਰਚੂਨਰ ਨੇ ਤਾਂ ਇੰਡੀਅਨ ਮਾਰਕੀਟ ਦੇ ਵਿੱਚ ਆ ਕੇ ਇੱਕ ਅਜਿਹਾ ਤਹਿਲਕਾ ਮਚਾ ਦਿੱਤਾ ਸੀ ਕਿ ਕੁਝ ਸਮੇਂ ਦੇ ਲਈ ਤਾਂ ਫੋਰਚੂਨਰ ਦੀ ਬੁਕਿੰਗ ਵੀ ਬੰਦ ਕਰਨੀ ਪੈ ਗਈ ਸੀ। ਪਜੈਰੋ ਤੇ ਐਂਡੈਵਰ ਜਿਹੜੀਆਂ ਉਸ ਸਮੇਂ ਬਹੁਤ ਜ਼ਿਆਦਾ ਚੱਲਦੀਆਂ ਸਨ ਫੋਰਚੂਨਰ ਤੋਂ ਪਹਿਲਾਂ, ਫੋਰਚੂਨਰ ਦੇ ਆਉਣ ਤੋਂ ਬਾਅਦ ਇਹਨਾਂ ਦੋਨਾਂ ਦੀ ਸੇਲ ਬਹੁਤ ਤੇਜ਼ੀ ਦੇ ਨਾਲ ਥੱਲੇ ਨੂੰ ਡਿੱਗ ਪਈ ਤੇ ਅੱਜ ਇਹ ਦੋਨੇ ਕੰਪਨੀਆਂ ਜਾਨੀ ਕਿ ਫੋਰਡ ਤੇ ਮਿਟਸੂਬਿਸ਼ੀ ਮਿਲ ਕੇ ਵੀ ਮਹੀਨੇ ਦੀਆਂ ਮਸਾਂ 100 ਕਾਰਾਂ ਹੀ ਵੇਚ ਪਾਉਂਦੇ ਨੇ। ਉੱਥੇ ਹੀ ਹੁਣ ਫੋਰਚੂਨਰ 3000 ਤੋਂ 3500 ਵਿਕ ਰਹੀਆਂ ਨੇ ਹਰ ਇੱਕ ਮਹੀਨੇ ਦੇ ਵਿੱਚ। ਟੁਆਟਾ ਨੇ ਫੋਰਚੂਨਰ ਨੂੰ ਇਸ ਤਰ੍ਹਾਂ ਦੇ ਨਾਲ ਬਣਾਇਆ ਹੈ ਕਿ ਜਿਹੜੀਆਂ ਅਨਡਿਵੈਲਪ ਕੰਟਰੀਆਂ ਨੇ ਜਿਵੇਂ ਕਿ ਇੰਡੀਆ ਵਗੈਰਾ, ਜਿੱਥੇ ਜ਼ਿਆਦਾਤਰ ਰੋਡ ਵਧੀਆ ਨਹੀਂ ਹੁੰਦੇ, ਉੱਥੇ ਵੀ ਇਹ ਕਾਰ ਬਹੁਤ ਵਧੀਆ ਤਰੀਕੇ ਦੇ ਨਾਲ ਚੱਲਦੀ ਹੈ। ਇਸ ਦੀ ਰਿਪੇਅਰ ਬਹੁਤ ਜ਼ਿਆਦਾ ਘੱਟ ਨਿਕਲਦੀ ਹੈ ਤੇ ਇਹ ਬਹੁਤ ਜ਼ਿਆਦਾ ਆਰਾਮਦਾਇਕ ਵੀ ਹੈ, ਪਰ ਫੋਰਚੂਨਰ ਦੇ ਕਾਮਯਾਬ ਹੋਣ ਦਾ ਸਭ ਤੋਂ ਵੱਡਾ ਕਾਰਨ ਸੀ ਇਸ ਦਾ ਇੰਜਨ। ਟੁਆਟਾ ਕੰਪਨੀ ਨੇ ਜਿਹੜੀ ਇੰਡੀਆ ਦੇ ਵਿੱਚ ਆਪਣੀ ਪਹਿਲੀ ਫੋਰਚੂਨਰ ਲਾਂਚ ਕੀਤੀ ਸੀ, ਉਸ ਦੇ ਵਿੱਚ 3 ਲੀਟਰ ਦਾ ਟਰਬੋ ਡੀਜ਼ਲ ਇੰਜਨ ਸੀ ਤੇ ਇਹੀ ਇੰਜਨ ਇੰਡੀਆ ਦੇ ਵਿੱਚ ਇਸ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਕਾਰਨ ਵੀ ਬਣਿਆ। ਅੱਜ ਦੇ ਟਾਈਮ ਟੁਆਟਾ ਨੇ ਫੋਰਚੂਨਰ ਦੇ ਇੰਜਨ ਨੂੰ ਹੋਰ ਵੀ ਜ਼ਿਆਦਾ ਅਪਗ੍ਰੇਡ ਕਰ ਦਿੱਤਾ ਹੈ, ਹੁਣ ਤਾਂ ਇਸ ਦੀ ਪਾਵਰ ਇੱਕ ਨੈਕਸਟ ਲੈਵਲ ਤੇ ਪਹੁੰਚ ਗਈ ਹੈ। ਦੂਜਾ ਫੋਰਚੂਨਰ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਕਾਰਨ ਹੈ ਇਸ ਦੀ ਲੁੱਕ। ਜਦੋਂ ਵੀ ਅਸੀਂ ਕਿਸੇ ਨੂੰ ਫੋਰਚੂਨਰ ਦੇ ਵਿੱਚ ਬੈਠਿਆਂ ਦੇਖਦੇ ਹਾਂ ਤਾਂ ਉਹ ਆਦਮੀ ਸੈਂਟਰ ਆਫ ਅਟਰੈਕਸ਼ਨ ਬਣ ਜਾਂਦਾ ਹੈ, ਕਿਉਂਕਿ ਫੋਰਚੂਨਰ ਦੀ ਲੁੱਕ ਹੀ ਅਜਿਹੀ ਹੈ ਕਿ ਇਸ ਦੀ ਲੁੱਕ ਤੋਂ ਹੀ ਇਸ ਦੀ ਪਾਵਰ ਝਲਕਦੀ ਹੈ। ਇੰਡੀਆ ਦੇ ਵਿੱਚ ਫੋਰਚੂਨਰ ਦਾ ਰੇਟ ਦੂਜੇ ਦੇਸ਼ਾਂ ਦੇ ਵਿੱਚ ਫੋਰਚੂਨਰ ਦੀ ਕੀਮਤ ਦੇ ਨਾਲੋਂ 10 ਤੋਂ 15 ਲੱਖ ਜ਼ਿਆਦਾ ਹੈ। ਇੰਨਾ ਵੱਧ ਫੋਰਚੂਨਰ ਦਾ ਰੇਟ ਵੀ ਇੰਡੀਆ ਦੇ ਲੋਕਾਂ ਨੂੰ ਜ਼ਿਆਦਾ ਨਹੀਂ ਲੱਗਦਾ ਤੇ ਉਹ ਫਿਰ ਵੀ ਇਸ ਨੂੰ ਖਰੀਦਣਾ ਪਸੰਦ ਕਰਦੇ ਨੇ। ਟੁਆਟਾ ਫੋਰਚੂਨਰ ਆਫ ਰੋਡ ਕਰਨ ਦੇ ਲਈ ਵੀ ਬੈਸਟ ਕਾਰ ਹੈ, ਇੰਨੇ ਜ਼ਿਆਦਾ ਫੀਚਰ ਜਿਹੜੇ ਆਫ ਰੋਡ ਵੀ ਚੱਲੇ ਤੇ ਸੜਕ ਤੇ ਵੀ ਚੱਲੇ ਤੁਹਾਨੂੰ ਹੋਰ ਕਿਸੇ SUV ਕਾਰ ਦੇ ਵਿੱਚ ਨਹੀਂ ਮਿਲਣਗੇ। ਫੋਰਚੂਨਰ ਤੋਂ ਪਹਿਲਾਂ ਇੰਡੀਆ ਦੀ ਮਾਰਕੀਟ ਦੇ ਵਿੱਚ ਪਜੈਰੋ ਅਤੇ ਐਂਡੈਵਰ ਦਾ ਦਬਦਬਾ ਸੀ SUV ਦੇ ਵਿੱਚ, ਪਰ ਇਹ ਦੋਵੇਂ ਕੰਪਨੀਆਂ ਆਪਣੇ ਗਾਹਕਾਂ ਨੂੰ ਗੱਡੀ ਵੇਚਣ ਤੋਂ ਬਾਅਦ ਉਹਨਾਂ ਨੂੰ ਵਧੀਆ ਸਰਵਿਸ ਨਹੀਂ ਦੇ ਪਾਉਂਦੀਆਂ ਸੀ, ਜਿਸ ਕਰਕੇ ਇਹਨਾਂ ਦੇ ਕਸਟਮਰ ਇਹਨਾਂ ਤੋਂ ਜ਼ਿਆਦਾ ਖੁਸ਼ ਨਹੀਂ ਸਨ। ਪਰ ਟੁਆਟਾ ਕੰਪਨੀ ਨੇ ਫੋਰਚੂਨਰ ਤੋਂ ਪਹਿਲਾਂ ਇਨੋਵਾ ਨੂੰ ਲਾਂਚ ਕਰਕੇ ਵਧੀਆ ਸਰਵਿਸ ਦੇ ਕੇ ਲੋਕਾਂ ਦੇ ਵਿੱਚ ਆਪਣਾ ਭਰੋਸਾ ਬਣਾ ਲਿਆ ਸੀ ਤੇ ਇਹੀ ਭਰੋਸੇ ਦਾ ਫਾਇਦਾ ਉਹਨਾਂ ਨੂੰ ਫੋਰਚੂਨਰ ਵੇਚਣ ਵੇਲੇ ਵੀ ਹੋਇਆ। ਵੈਸਟਰਨ ਕੰਟਰੀਆਂ ਦੇ ਉਲਟ ਅੱਜ ਵੀ ਇੰਡੀਆ ਦੇ ਵਿੱਚ ਜ਼ਿਆਦਾਤਰ ਜੁਆਇੰਟ ਫੈਮਿਲੀਆਂ ਨੇ ਜਿਹੜੀਆਂ ਕਿ ਇਕੱਠੀਆਂ ਰਹਿੰਦੀਆਂ ਨੇ ਤੇ ਜ਼ਿਆਦਾਤਰ ਇੰਡੀਅਨ ਇਕੱਲੇ ਨਹੀਂ ਬਲਕਿ ਆਪਣੇ ਪਰਿਵਾਰ ਦੇ ਨਾਲ ਹੀ ਬਾਹਰ ਅੰਦਰ ਜਾਂਦੇ ਨੇ ਘੁੰਮਣ ਫਿਰਨ ਜਾਂ ਆਪਣੀ ਰਿਸ਼ਤੇਦਾਰੀਆਂ ਦੇ ਵਿੱਚ। ਟੁਆਟਾ ਫੋਰਚੂਨਰ ਦੇ ਵਿੱਚ ਲੱਤਾਂ ਦੀ ਸਪੇਸ ਬਹੁਤ ਖੁੱਲੀ ਹੈ, ਇਸ ਦੀ ਛੱਤ ਉੱਚੀ ਹੈ ਤੇ ਇਸ ਦੀ ਡਿੱਗੀ ਦੇ ਵਿੱਚ ਕਾਫੀ ਜ਼ਿਆਦਾ ਸਮਾਨ ਵੀ ਰੱਖਿਆ ਜਾ ਸਕਦਾ ਹੈ, ਜਿਹੜਾ ਕਿ ਇਸ ਨੂੰ ਲੰਬੇ ਸਫ਼ਰ ਦੇ ਲਈ ਇੱਕ ਵਧੀਆ ਕਾਰ ਬਣਾਉਂਦਾ ਹੈ। ਇੱਥੋਂ ਤੱਕ ਕਿ ਸੈਕਿੰਡ ਹੈਂਡ ਫੋਰਚੂਨਰ ਦੀ ਵੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਕੀਮਤ ਮਿਲਦੀ ਹੈ, ਜਾਨੀ ਕਿ ਇਸ ਦੀ ਸੈਕਿੰਡ ਹੈਂਡ ਮਾਰਕੀਟ ਦੇ ਵਿੱਚ ਵੀ ਵਧੀਆ ਕੀਮਤ ਹੈ। ਪਰ ਕੀ 50 ਲੱਖ ਦੀ ਕੀਮਤ ਕੁਝ ਜ਼ਿਆਦਾ ਨਹੀਂ ਹੈ ਫੋਰਚੂਨਰ ਦੇ ਲਈ? ਆਪਾਂ ਹੁਣ ਇਸ ਦੇ ਕਾਰਨਾਂ ਬਾਰੇ ਹੀ ਸਮਝਾਂਗੇ। ਜਦੋਂ ਵੀ ਕਿਸੇ ਕੰਪਨੀ ਦਾ ਇੱਕ ਪ੍ਰੋਡਕਟ ਬਹੁਤ ਜ਼ਿਆਦਾ ਸਫਲ ਹੋ ਜਾਂਦਾ ਹੈ ਤੇ ਵਧੀਆ ਪੈਸਾ ਬਣਾਉਣ ਲੱਗ ਜਾਂਦਾ ਹੈ ਤਾਂ ਕੰਪਨੀ ਆਪਣਾ ਸਾਰਾ ਧਿਆਨ ਉਸ ਪ੍ਰੋਡਕਟ ਦੇ ਉੱਪਰ ਲਗਾ ਦਿੰਦੀ ਹੈ ਤੇ ਆਪਣੇ ਦੂਜੇ ਪ੍ਰੋਡਕਟਾਂ ਦੇ ਉੱਪਰ ਕੰਪਨੀਆਂ ਧਿਆਨ ਘੱਟ ਕਰ ਦਿੰਦੀਆਂ ਨੇ। ਟੁਆਟਾ ਦੇ ਕੇਸ
ਟਵਾਂਟਾ ਕੰਪਨੀ ਫੋਰਚੂਨਰ ਦਾ ਰੇਟ ਵਧਾਈ ਜਾ ਰਹੀ ਹੈ। ਫੋਰਚੂਨਰ ਦਾ ਰੇਟ ਵਧਣ ਦਾ ਇੱਕ ਬਹੁਤ ਵੱਡਾ ਕਾਰਨ ਕੋਰੋਨਾ ਵੀ ਹੈ, ਕਿਉਂਕਿ ਉਸ ਸਮੇਂ ਕੰਪਨੀ ਦਾ ਸ਼ੇਅਰ ਅਤੇ ਪ੍ਰੋਫਿਟ ਕਾਫੀ ਜ਼ਿਆਦਾ ਡਾਊਨ ਹੋ ਗਿਆ ਸੀ ਤੇ ਇਸ ਦੀ ਭਰਪਾਈ ਕਰਨ ਦੇ ਲਈ ਟਵਾਂਟਾ ਨੇ ਕੋਰੋਨਾ ਤੋਂ ਬਾਅਦ ਫੋਰਚੂਨਰ ਦੇ ਰੇਟ ਨੂੰ ਕਾਫੀ ਜ਼ਿਆਦਾ ਵਧਾ ਦਿੱਤਾ। ਵੈਸੇ ਤਾਂ ਸਾਰੀਆਂ ਹੀ ਕਾਰਾਂ ਦੀਆਂ ਕੰਪਨੀਆਂ ਨੇ ਕੋਰੋਨਾ ਤੋਂ ਬਾਅਦ ਆਪਣੇ ਪ੍ਰੋਡਕਟ ਦੇ ਰੇਟ ਵਧਾ ਦਿੱਤੇ ਸੀ, ਪਰ ਫੋਰਚੂਨਰ ਦੇ ਰੇਟ ਤਾਂ ਕੁਝ ਜ਼ਿਆਦਾ ਹੀ ਵੱਧ ਗਏ ਸੀ। ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਫੋਰਚੂਨਰ ਨੂੰ ਵੇਚ ਕੇ ਸਭ ਤੋਂ ਜ਼ਿਆਦਾ ਪੈਸਾ ਤਾਂ ਜਾਪਾਨੀ ਕੰਪਨੀ ਟਵਾਂਟਾ ਕਮਾ ਰਹੀ ਹੈ, ਤਾਂ ਇੱਥੇ ਤੁਸੀਂ ਗਲਤ ਹੋ। ਇੰਡੀਆ ਦੇ ਵਿੱਚ ਵਿਕਣ ਵਾਲੀ ਫੋਰਚੂਨਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਪੈਸਾ ਕਮਾਉਂਦੀ ਹੈ ਇੰਡੀਆ ਦੀ ਸਰਕਾਰ। ਹਾਂਜੀ, ਤੁਸੀਂ ਬਿਲਕੁਲ ਸਹੀ ਸੁਣਿਆ, ਇਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਮਾਈ ਇੰਡੀਅਨ ਗਵਰਨਮੈਂਟ ਦੀ ਹੁੰਦੀ ਹੈ। ਇੱਕ ਲਗਜ਼ਰੀ ਪ੍ਰੋਡਕਟ ਹੋਣ ਕਰਕੇ ਇਸ ਕਾਰ ਦੇ ਉੱਪਰ 28% GST ਲੱਗਦੀ ਹੈ। ਇਸ ਲਈ 50 ਲੱਖ ਦੀ ਫੋਰਚੂਨਰ ਦੇ ਉੱਪਰ 14 ਲੱਖ ਤਾਂ ਸਿੱਧਾ GST ਬਣ ਜਾਂਦੀ ਹੈ। ਇਸ ਤੋਂ ਬਾਅਦ ਰਜਿਸਟ੍ਰੇਸ਼ਨ, ਗ੍ਰੀਨ ਸੈਂਸ ਇੰਸ਼ੋਰੈਂਸ, ਟ੍ਰਾਂਜੈਕਸ਼ਨ ਕੰਟਰੋਲ ਸਿਸਟਮ, ਐਕਸਟੈਂਡਡ ਵਾਰੰਟੀ, ਲੋਜਿਸਟਿਕ ਚਾਰਜਸ ਦੇ ਨਾਮ ਤੇ ਵੀ ਇੰਡੀਅਨ ਗਵਰਨਮੈਂਟ ਕਾਫੀ ਜ਼ਿਆਦਾ ਇਸ ਤੋਂ ਹੋਰ ਵਸੂਲੀ ਕਰਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇੱਕ ਫੋਰਚੂਨਰ ਕਾਰ ਤੋਂ ਇੰਡੀਆ ਦੀ ਸਰਕਾਰ 18 ਲੱਖ ਰੁਪਏ ਕਮਾਉਂਦੀ ਹੈ, ਜਦਕਿ 50 ਲੱਖ ਦੀ ਕਾਰ ਵੇਚਣ ਤੇ ਡੀਲਰ ਨੂੰ ਸਿਰਫ 1 ਲੱਖ ਤੋਂ 1.5 ਲੱਖ ਹੀ ਪ੍ਰੋਫਿਟ ਮਿਲਦਾ ਹੈ ਤੇ ਟਵਾਂਟਾ ਕੋਲ ਵੀ ਠੀਕ ਠਾਕ ਹੀ ਪੈਸਾ ਪਹੁੰਚਦਾ ਹੈ। ਉਮੀਦ ਕਰਦੇ ਹਾਂ ਕਿ ਹੁਣ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਫੋਰਚੂਨਰ ਇੰਨੀ ਜ਼ਿਆਦਾ ਮਹਿੰਗੀ ਕਿਉਂ ਹੈ, ਇਸ ਦੇ ਕੀ ਕਾਰਨ ਨੇ ਤੇ ਕਿਵੇਂ ਇੰਡੀਆ ਦੀ ਸਰਕਾਰ ਇਸ ਤੋਂ ਕਮਾਈ ਕਰਦੀ ਹੈ। ਤੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।